He's going to be filming from the back. Everybody stay where you are. Be calm. Collected. ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਅੱਜ ਇਲੈਕਸ਼ਨ ਹੋਈ ਹੈ ਕਾਊਂਟਿੰਗ ਹੋਈ ਹੈ ਪਹਿਲਾਂ ਤਾਂ ਸਾਡੀ ਇੱਦਾਂ ਹੈ ਵੀ ਸਾਡੀ ਸਾਰੇ ਨੂੰ ਇਹ ਹੋਈ ਹੈ ਵੀ ਵੀਰਾਂ ਭੈਣਾਂ ਨੂੰ ਇਹ ਹੋਈ ਹੈ ਬੇਨਤੀ ਵੀ ਸ਼ਾਂਤ ਹੋ ਕੇ ਸਾਨੂੰ ਹੁਣ ਰਿਜ਼ਲਟ ਹੈ ਹੀ ਅਨਾਊਂਸ ਕਰਨਾ ਸ਼ਾਂਤ ਹੋ ਕੇ ਇਲੈਕਸ਼ਨ ਹੋ ਚੁੱਕੀ ਆ ਆਪਾਂ ਹੁਣ ਇਲੈਕਸ਼ਨ ਦਾ ਰਿਜ਼ਲਟ ਤੁਹਾਨੂੰ ਅਨਾਊਂਸ ਕਰਨਾ ਠੀਕ ਨਹੀਂ ਆਪਾਂ ਇਹ ਕਮੇਟੀ ਜਿਹੜੀ ਵੀ ਕਮੇਟੀ ਨਾਲ ਆਇਆ ਜਿੱਦਾਂ ਕੋਆਪਰੇਸ਼ਨ ਆਪਾਂ ਸਾਰੀ ਸੰਗਤ ਇੱਕ ਵਾ ਔਰ ਸਾਡਾ ਫਰਜ਼ ਇਹ ਆ ਵੀ ਅਸੀਂ ਇਲੈਕਸ਼ਨ ਬੋਰਡ ਵੱਲੋਂ ਅਸੀਂ ਇੱਦਾਂ ਹੈ ਵੀ ਇੱਥੇ ਅਸੀਂ ਬਹੁਤ ਹੀ ਸ਼ੁਕਰਾਨਾ ਕਰਨਾ ਚਾਹੁੰਦੇ ਹਾਂ ਵੀ ਜਿਹੜੇ ਆਪਣੇ 6 ਅਬਜ਼ਰਵਰ ਆ ਸਵੇਰ ਤੋਂ ਲਾ ਕੇ ਸਾਡੇ ਨਾਲ ਇੱਥੇ ਦੇਖਦੇ ਰਹੇ ਆ ਸਭ ਕੁਛ ਕੀਤਾ ਤਾਂ ਤੁਹਾਨੂੰ ਇਹ ਅਨਾਊਂਸਮੈਂਟ ਰਿਜ਼ਲਟ ਕਰਦੇ ਟੋਟਲ ਪੇਪਰ ਜਿਹੜੇ ਇਸ਼ੂ ਹੋਏ ਸੀ ਬੈਲਟ ਪੇਪਰ 2965 ਜਿਹਦੇ ਵਿੱਚੋਂ 13 ਪੇਪਰ ਸਪੋਇਲਟ ਹੋ ਗਏ ਸੀ ਸਟਾਫ ਤੋਂ ਜਿੱਦਾਂ ਇਸ਼ੂ ਕਰਦੇ ਅਤੇ ਪਾਉਣ ਪੂਣ ਦੇ ਨਾਲ ਜਿੱਦਾਂ ਇਹਦਾ ਮਾਤਰ ਵੋਟਰਾਂ ਨੂੰ 2952 ਵੋਟਾਂ ਜਿੱਦਾਂ ਪੇਪਰ ਅਸੀਂ ਇਸ਼ੂ ਕੀਤੇ ਇਸ ਵੇਲੇ ਜਿਹੜਾ ਵੋਟਾਂ ਆ ਅਸੀਂ ਫਿਰ ਗਿਣੀਆਂ ਪਹਿਲਾਂ ਤਾਂ ਜਿਹੜੇ ਸਪੋਇਲਟ ਵੋਟਾਂ ਆ ਉਹ 57 ਜਿਹੜਾ ਫਿਰ ਕਿਸ ਪਾਸੇ ਕੋਈ ਆਈਡੀਆ ਲੱਗਦਾ ਨਾ ਸਕੇ ਕਿਹਨੂੰ ਵੋਟ ਪਾਏ 16 ਵੋਟਾਂ ਜਿਹੜੀਆਂ ਸਾਡੇ ਖਿਆਲ ਦੇ ਹਿਸਾਬ ਦੇ ਨਾਲ ਪੇ ਬਾਹਰ ਵੋਟਰ ਲੈ ਗਏ ਪਿਛਲੀ ਵਾਰ ਵੀ ਇੱਦਾਂ ਹੀ ਲੱਗ ਗਿਆ ਸੀ ਥੋੜ੍ਹੀਆਂ ਵੋਟਾਂ ਵੀ ਬੰਦ ਕਰ ਰਿਹਾ ਸੀ ਬਾਕੀ ਇੱਦਾਂ ਹੈ ਫਿਰ ਜਿਹੜੀ ਬਾਕੀ ਦੀਆਂ ਵੋਟਾਂ ਆ 1570 ਵੋਟਾਂ ਨਿਸ਼ਾਨ ਗਰੁੱਪ ਨੂੰ ਪਲੀਜ਼ ਆਪਾਂ ਤਾਂ ਸੰਗਤ ਗਰੁੱਪ ਨੂੰ 1309 ਵੋਟਾਂ ਪਈਆਂ ਗੁਰੂ ਘਰ ਦੀ ਤੁਸੀਂ ਇੱਥੇ ਤੁਸੀਂ ਰਿਸਪੈਕਟ ਕਰੋ ਤੁਸੀਂ ਠੀਕ ਆ ਵੋਟ ਪਾਈ ਆ ਤੁਸੀਂ ਆਪਣਾ ਜਿੱਦਾਂ ਵੀ ਫਰਜ਼ ਚੌਧਰੀ ਤੁਸੀਂ ਕੀਤਾ ਤੁਸੀਂ ਮੈਂ ਰਿਜ਼ਲਟ ਚੱਲ ਤੁਹਾਨੂੰ ਫੇਰ ਇੱਕ ਵਾਰ ਦੱਸਦਾ ਪਰ ਤੁਹਾਨੂੰ ਜਗਾਰਾ ਪਲੀਜ਼ ਛੱਡੋ ਨਾ ਤੁਸੀਂ ਆਪਾਂ ਅਮਨ ਸ਼ਾਂਤੀ ਦੇ ਨਾਲ ਤੁਸੀਂ ਰਿਜ਼ਲਟ ਤੁਹਾਨੂੰ ਰਿਜ਼ਲਟ 2965 ਵੋਟਾਂ ਇਸ਼ੂ ਹੋਈਆਂ ਪੇਪਰ ਜਿਹਦੇ ਵਿੱਚੋਂ 13 ਤਾਂ ਸਾਡੇ ਆਪਣੇ ਸਟਾਫ ਤੋਂ ਹੀ ਮਿਸਟੇਕ ਹੋ ਗਈ ਸੀ 2952 ਵੋਟਾਂ ਜਿੱਦਾਂ ਇਸ਼ੂ ਹੋਈਆਂ 2952 ਨਿਸ਼ਾਨ ਗਰੁੱਪ ਨੂੰ 1570 ਵੋਟ ਪਈ ਆ ਸੰਗਤ ਗਰੁੱਪ ਨੂੰ 1309 ਵੋਟ ਪਈ ਹੈ ਸਪੋਇਲਟ ਪੇਪਰ ਜਿਹੜੇ ਵੋਟਰਾਂ 'ਤੇ ਸਪੋਇਲਟ ਹੋਏ ਉਹ ਹੋਏ 57 ਵੋਟ ਪਈ ਜਿਹੜੀ ਕਿਸ ਪਾਸੇ ਪਤਾ ਨਹੀਂ ਲੱਗਾ ਤਾਂ 16 ਵੋਟਾਂ ਜਿਹੜੀਆਂ ਵੋਟਰਸ ਬਾਹਰ ਲੈ ਗਏ ਸੀ ਪੇਪਰ ਜਿੱਦਾਂ ਮਜੋਰਟੀ 261 ਵੋਟਾਂ ਦੀ ਪਈ ਹੈ ਤਾਂ ਮੈਂ ਆਪਣੇ ਵੱਲੋਂ ਇਲੈਕਸ਼ਨ ਬੋਰਡ ਵੱਲੋਂ ਇਹੋ ਹੀ ਤੁਹਾਨੂੰ ਬੇਨਤੀ ਕਰਦਾ ਹਾਂ ਵੀ ਠੀਕ ਆ ਇਲੈਕਸ਼ਨ ਹੋ ਚੁੱਕੀ ਹੈ ਇਲੈਕਸ਼ਨ ਸਾਡੇ ਕੋਨਸਟੀਟਿਊਸ਼ਨ ਦੇ ਹਿਸਾਬ ਦੇ ਨਾਲ ਜਿਹੜੀ ਇਲੈਕਸ਼ਨ ਹੋਈ ਹੈ ਹੁਣ
ਠੀਕ ਆ ਅਬਜ਼ਰਵਰ ਵੀ ਇਸ ਚੀਜ਼ ਨੂੰ ਐਕਸੈਪਟ ਕਰਦੇ ਆ ਵੀ ਠੀਕ ਆ ਵੀ ਫੇਰ ਹੋਈ ਆ ਅਸੀਂ ਵੀ ਹੋਪ ਕਰਦੇ ਹਾਂ ਵੀ ਐਵਰੀ ਵਨ ਐਕਸੈਪਟ ਕਰਦਾ ਵੀ ਫੇਰ ਹੋਈ ਆ ਕੋਨਸਟੀਟਿਊਸ਼ਨ ਦੇ ਹਿਸਾਬ ਦੇ ਨਾਲ ਆ ਇਲੈਕਸ਼ਨ ਤੋਂ ਬਾਅਦ ਇਸ ਵੇਲੇ ਹੁਣ ਜਿਹੜੀ ਨਵੀਂ ਕਮੇਟੀ ਆ ਇਟ ਕਮਸ ਇਨ ਟੂ ਜਿੱਦਾਂ ਪਾਵਰ ਪਰ ਸਾਡਾ ਜਿਹੜਾ ਸਿਸਟਮ ਇਹ ਆ ਵੀ ਅਗਲੇ ਐਤਵਾਰ ਨੂੰ ਠੀਕ ਨਹੀਂ ਜਿਹੜੀ ਇਸ ਵੇਲੇ ਕਮੇਟੀ ਆ ਉਹਨਾਂ ਦਾ ਫਰਜ਼ ਆ ਅਸੀਂ ਕਹਾਂਗੇ ਵੀ ਆਪਣੇ ਵੱਲੋਂ ਵੀ ਉਹ ਆਪਣੇ ਪੇਪਰ ਵਰਕ ਰੈਡੀ ਕਰਕੇ ਤਾਂ ਉਹ ਚਾਬੀਆਂ ਤਾਂ ਪੇਪਰ ਵਰਕ ਨੈਕਸਟ ਵੀਕ ਜਿੱਦਾਂ ਉਹ ਹੈਂਡ ਓਵਰ ਕਰਨਾ ਠੀਕ ਨਹੀਂ ਅਮਨ ਸ਼ਾਂਤੀ ਨਾਲ ਤਾਂ ਬਾਕੀ ਇੱਦਾਂ ਆ ਵੀ ਮੈਂ ਇਹੋ ਆਪਣੇ ਵੱਲੋਂ ਫਿਰ ਇਲੈਕਸ਼ਨ ਬੋਰਡ ਵੱਲੋਂ ਕਹਿੰਦਾ ਆ ਅਤੇ ਹੁਣ ਠੀਕ ਆ ਵੀ ਹੁਣ ਇਲੈਕਸ਼ਨ ਹੋ ਚੁੱਕੀ ਆ ਕਾਊਂਟਿੰਗ ਹੋ ਗਈ ਆ ਰਿਜ਼ਲਟ ਤੁਹਾਨੂੰ ਦੱਸ ਦਿੱਤਾ ਹੁਣ ਸ਼ਾਂਤੀ ਦੇ ਨਾਲ ਆਪਾਂ ਫਿਰ ਹੁਣ ਘਰ ਨੂੰ ਸਾਨੂੰ ਸਾਰੇ It's going to be filming from the back. Everybody stay where you are. Be calm. ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਅੱਜ ਇਲੈਕਸ਼ਨ ਹੋਈ ਆ ਕਾਊਂਟਿੰਗ ਹੋਈ ਆ ਪਹਿਲਾਂ ਤਾਂ ਸਾਡੀ ਇੱਦਾਂ ਆ ਵੀ ਸਾਡੀ ਸਾਰਿਆਂ ਨੂੰ ਇਹੋ ਹੀ ਆ ਕਿ ਵੀਰਾਂ ਭੈਣਾਂ ਨੂੰ ਇਹ ਹੋਈ ਆ ਬੇਨਤੀ ਕਿ ਸ਼ਾਂਤ ਹੋ ਕੇ ਸਾਨੂੰ ਹੁਣ ਰਿਜ਼ਲਟ ਅਸੀਂ ਅਨਾਊਂਸ ਕਰਨਾ ਸ਼ਾਂਤ ਹੋ ਕੇ ਇਲੈਕਸ਼ਨ ਹੋ ਚੁੱਕੀ ਆ ਆਪਾਂ ਹੁਣ ਇਲੈਕਸ਼ਨ ਦਾ ਰਿਜ਼ਲਟ ਤੁਹਾਨੂੰ ਅਨਾਊਂਸ ਕਰਨਾ ਠੀਕ ਨਹੀਂ ਆਪਾਂ ਇਹ ਕਮੇਟੀ ਜਿਹੜੀ ਵੀ ਕਮੇਟੀ ਨਾਲ ਆਇਆ ਜਿੱਦਾਂ ਕੋਆਪਰੇਸ਼ਨ ਆਪਾਂ ਸਾਰੀ ਸੰਗਤ ਇੱਕ ਵਾ ਔਰ ਸਾਡਾ ਫਰਜ਼ ਇਹ ਆ ਵੀ ਅਸੀਂ ਇਲੈਕਸ਼ਨ ਬੋਰਡ ਵੱਲੋਂ ਅਸੀਂ ਇੱਦਾਂ ਹੈ ਵੀ ਇੱਥੇ ਅਸੀਂ ਬਹੁਤ ਹੀ ਸ਼ੁਕਰਾਨਾ ਕਰਨਾ ਚਾਹੁੰਦੇ ਹਾਂ ਵੀ ਜਿਹੜੇ ਆਪਣੇ 6 ਅਬਜ਼ਰਵਰ ਆ ਸਵੇਰ ਤੋਂ ਲਾ ਕੇ ਸਾਡੇ ਨਾਲ ਇੱਥੇ ਦੇਖਦੇ ਰਹੇ ਆ ਸਭ ਕੁਛ ਕੀਤਾ ਤਾਂ ਤੁਹਾਨੂੰ ਇਹ ਅਨਾਊਂਸਮੈਂਟ ਰਿਜ਼ਲਟ ਕਰਦੇ ਟੋਟਲ ਪੇਪਰ ਜਿਹੜੇ ਇਸ਼ੂ ਹੋਏ ਸੀ ਬੈਲਟ ਪੇਪਰ 2965 ਜਿਹਦੇ ਵਿੱਚੋਂ 13 ਪੇਪਰ ਸਪੋਇਲਟ ਹੋ ਗਏ ਸੀ ਸਟਾਫ ਤੋਂ ਜਿੱਦਾਂ ਇਸ਼ੂ ਕਰਦੇ ਅਤੇ ਪਾਉਣ ਪੂਣ ਦੇ ਨਾਲ ਜਿੱਦਾਂ ਇਹਦਾ ਮਤਲਬ ਵੋਟਰਾਂ ਨੂੰ 2952 ਵੋਟਾਂ ਜਿੱਦਾਂ ਪੇਪਰ ਅਸੀਂ ਇਸ਼ੂ ਕੀਤੇ ਇਸ ਵੇਲੇ ਜਿਹੜਾ ਵੋਟਾਂ ਆ ਅਸੀਂ ਫਿਰ ਗਿਣੀਆਂ ਪਹਿਲਾਂ ਤਾਂ ਜਿਹੜੇ ਸਪੋਇਲਟ ਵੋਟਾਂ ਆ ਉਹ 57 ਜਿਹੜਾ ਫਿਰ ਕਿਸ ਪਾਸੇ ਕੋਈ ਆਈਡੀਆ ਲੱਗਦਾ ਨਾ ਵੀ ਕਿਹਨੂੰ ਵੋਟ ਪਾਏ 16 ਵੋਟਾਂ ਜਿਹੜੀਆਂ ਸਾਡੇ ਖਿਆਲ ਦੇ ਹਿਸਾਬ ਦੇ ਨਾਲ ਵੀ ਬਾਹਰ ਵੋਟਰ ਲੈ ਗਏ ਪਿਛਲੀ ਵਾਰ ਵੀ ਇੱਦਾਂ ਹੀ ਲੱਗ ਗਿਆ ਸੀ ਥੋੜ੍ਹੀ ਜਿਹੀਆਂ ਵੋਟਾਂ ਵੀ ਬੰਦ ਕਰ ਰਿਹਾ ਸੀ ਬਾਕੀ ਇੱਦਾਂ ਹੈ ਵੀ ਜਿਹੜੀ ਬਾਕੀ ਦੀਆਂ ਵੋਟਾਂ ਆ 1570 ਵੋਟਾਂ ਨਿਸ਼ਾਨ ਗਰੁੱਪ ਨੂੰ ਪਲੀਜ਼ ਆਪਾਂ ਤਾਂ ਸੰਗਤ ਗਰੁੱਪ ਨੂੰ 1309 ਵੋਟਾਂ ਪਈਆਂ ਤੁਸੀਂ ਰਿਸਪੈਕਟ ਕਰੋ ਤੁਸੀਂ ਠੀਕ ਆ ਵੋਟ ਪਾਈ ਆ ਤੁਸੀਂ ਆਪਣਾ ਜਿੱਦਾਂ ਵੀ ਫਰਜ਼ ਚੌਧਰੀ ਤੁਸੀਂ ਕੀਤਾ ਤੁਸੀਂ ਇਹ ਆ ਮੈਂ ਰਿਜ਼ਲਟ ਚੱਲ ਤੁਹਾਨੂੰ ਫਿਰ ਇੱਕ ਵਾਰ ਦੱਸ ਪਰ ਹੁਣ ਜਗਾਰਾ ਪਲੀਜ਼ ਛੱਡੋ ਨਾ ਤੁਸੀਂ ਆਪਾਂ ਅਮਨ ਸ਼ਾਂਤੀ ਦੇ ਨਾਲ ਤੁਸੀਂ ਰਿਜ਼ਲਟ ਤੁਹਾਨੂੰ ਰਿਜ਼ਲਟ 2965
ਵੋਟਾਂ ਇਸ਼ੂ ਹੋਈਆਂ ਜੀ ਪੇਪਰ, ਜਿਹਦੇ ਵਿੱਚੋਂ 13 ਤਾਂ ਸਾਡੇ ਆਪਣੇ ਸਟਾਫ ਤੋਂ ਹੀ ਮਿਸਟੇਕ ਹੋ ਗਈ ਸੀ। 2952 ਵੋਟਾਂ ਜਿੱਦਾਂ ਇਸ਼ੂ ਹੋਈਆਂ, 2952 ਨਿਸ਼ਾਨ ਗਰੁੱਪ ਨੂੰ 1570 ਵੋਟ ਪਈ ਹੈ, ਸੰਗਤ ਗਰੁੱਪ ਨੂੰ 1309 ਵੋਟ ਪਈ ਹੈ, ਸਪੋਇਲਟ ਪੇਪਰ ਜਿਹੜੇ ਵੋਟਰਾਂ 'ਤੇ ਸਪੋਇਲਟ ਹੋਏ ਉਹ ਹੋਏ 57 ਵੋਟ ਪਈ, ਜਿਹੜੀ ਕਿਸ ਪਾਸੇ ਪਤਾ ਨਹੀਂ ਲੱਗਾ। ਤਾਂ 16 ਵੋਟਾਂ ਜਿਹੜੀਆਂ ਵੋਟਰਸ ਬਾਹਰ ਲੈ ਗਏ ਸੀ ਪੇਪਰ, ਜਿੱਦਾਂ ਮਜੋਰਟੀ 261 ਵੋਟਾਂ ਦੀ ਪਈ ਹੈ। ਤਾਂ ਮੈਂ ਆਪਣੇ ਵੱਲੋਂ ਇਲੈਕਸ਼ਨ ਬੋਰਡ ਵੱਲੋਂ ਇਹੋ ਹੀ ਤੁਹਾਨੂੰ ਬੇਨਤੀ ਕਰਦਾ ਹਾਂ ਵੀ ਠੀਕ ਆ, ਇਲੈਕਸ਼ਨ ਹੋ ਚੁੱਕੀ ਹੈ, ਇਲੈਕਸ਼ਨ ਸਾਡੇ ਕੋਨਸਟੀਟਿਊਸ਼ਨ ਦੇ ਹਿਸਾਬ ਦੇ ਨਾਲ ਜਿਹੜੀ ਇਲੈਕਸ਼ਨ ਹੋਈ ਹੈ ਹੁਣ, ਠੀਕ ਆ, ਅਬਜ਼ਰਵਰ ਵੀ ਇਸ ਚੀਜ਼ ਨੂੰ ਐਕਸੈਪਟ ਕਰਦੇ ਆ ਵੀ ਠੀਕ ਆ ਵੀ ਫੇਰ ਹੋਈ ਹੈ, ਅਸੀਂ ਵੀ ਹੋਪ ਕਰਦੇ ਹਾਂ ਵੀ ਐਵਰੀਵਨ ਐਕਸੈਪਟ ਕਰਦਾ ਵੀ ਫੇਰ ਹੋਈ ਹੈ। ਕੋਨਸਟੀਟਿਊਸ਼ਨ ਦੇ ਹਿਸਾਬ ਦੇ ਨਾਲ ਆ ਇਲੈਕਸ਼ਨ ਤੋਂ ਬਾਅਦ ਇਸ ਵੇਲੇ ਹੁਣ ਜਿਹੜੀ ਨਵੀਂ ਕਮੇਟੀ ਆ ਇਟ ਕਮਸ ਇਨ ਟੂ ਜਿੱਦਾਂ ਪਾਵਰ, ਪਰ ਸਾਡਾ ਜਿਹੜਾ ਸਿਸਟਮ ਇਹ ਆ ਵੀ ਅਗਲੇ ਐਤਵਾਰ ਨੂੰ, ਠੀਕ ਨਹੀਂ, ਜਿਹੜੀ ਇਸ ਵੇਲੇ ਕਮੇਟੀ ਆ ਉਹਨਾਂ ਦਾ ਫਰਜ਼ ਆ, ਅਸੀਂ ਕਹਾਂਗੇ ਵੀ ਆਪਣੇ ਵੱਲੋਂ ਵੀ ਉਹ ਆਪਣੇ ਪੇਪਰ ਵਰਕ ਰੈਡੀ ਕਰਕੇ ਤਾਂ ਉਹ ਚਾਬੀਆਂ ਤਾਂ ਪੇਪਰ ਵਰਕ ਨੈਕਸਟ ਵੀਕ ਜਿੱਦਾਂ ਉਹ ਹੈਂਡ ਓਵਰ ਕਰ ਲੈਣ, ਠੀਕ ਹੈ ਨਹੀਂ, ਅਮਨ ਸ਼ਾਂਤੀ ਨਾਲ। ਤਾਂ ਬਾਕੀ ਇੱਦਾਂ ਆ ਵੀ ਮੈਂ ਇਹੋ ਆਪਣੇ ਵੱਲੋਂ ਫਿਰ ਇਲੈਕਸ਼ਨ ਬੋਰਡ ਵੱਲੋਂ ਕਹਿੰਦਾ ਆ ਕਿ ਹੁਣ ਠੀਕ ਆ ਵੀ ਹੁਣ ਇਲੈਕਸ਼ਨ ਹੋ ਚੁੱਕੀ ਆ, ਕਾਊਂਟਿੰਗ ਹੋ ਗਈ ਆ, ਰਿਜ਼ਲਟ ਤੁਹਾਨੂੰ ਦੱਸ ਦਿੱਤਾ, ਹੁਣ ਸ਼ਾਂਤੀ ਦੇ ਨਾਲ ਆਪਾਂ ਫਿਰ ਹੁਣ ਘਰ ਨੂੰ ਸਾਨੂੰ ਸਾਰੇ It's going to be filming from the back. Everybody stay where you are. Be calm and collected. ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਅੱਜ ਇਲੈਕਸ਼ਨ ਹੋਈ ਆ, ਕਾਊਂਟਿੰਗ ਹੋਈ ਆ, ਪਹਿਲਾਂ ਸਾਡੀ ਇੱਦਾਂ ਆ ਵੀ ਸਾਡੀ ਸਾਰਿਆਂ ਨੂੰ ਇਹ ਹੋਈ ਆ ਕਿ ਵੀਰਾਂ ਭੈਣਾਂ ਨੂੰ ਇਹ ਹੋਈ ਆ ਬੇਨਤੀ ਕਿ ਸ਼ਾਂਤ ਹੋ ਕੇ, ਸਾਨੂੰ ਹੁਣ ਰਿਜ਼ਲਟ ਅਸੀਂ ਅਨਾਊਂਸ ਕਰਨਾ, ਸ਼ਾਂਤ ਹੋ ਕੇ ਇਲੈਕਸ਼ਨ ਹੋ ਚੁੱਕੀ ਆ, ਆਪਾਂ ਹੁਣ ਇਲੈਕਸ਼ਨ ਦਾ ਰਿਜ਼ਲਟ ਤੁਹਾਨੂੰ ਅਨਾਊਂਸ ਕਰਨਾ, ਠੀਕ ਨਹੀਂ। ਆਪਾਂ ਇਹ ਕਮੇਟੀ ਜਿਹੜੀ ਵੀ ਕਮੇਟੀ ਨਾਲ ਆਇਆ ਜਿੱਦਾਂ ਕੋਆਪਰੇਸ਼ਨ, ਆਪਾਂ ਸਾਰੀ ਸੰਗਤ ਇੱਕ ਵਾ, ਔਰ ਸਾਡਾ ਫਰਜ਼ ਇਹ ਆ ਵੀ ਅਸੀਂ ਇਲੈਕਸ਼ਨ ਬੋਰਡ ਵੱਲੋਂ ਅਸੀਂ ਇੱਦਾਂ ਹੈ ਵੀ ਇੱਥੇ ਅਸੀਂ ਬਹੁਤ ਅਸੀਂ ਸ਼ੁਕਰਾਨਾ ਕਰਨਾ ਚਾਹੁੰਦੇ ਹਾਂ ਵੀ ਜਿਹੜੇ ਆਪਣੇ 6 ਅਬਜ਼ਰਵਰ ਆ ਸਵੇਰ ਤੋਂ ਲਾ ਕੇ ਸਾਡੇ ਨਾਲ ਇੱਥੇ ਦੇਖਦੇ ਰਹੇ ਆ, ਸਭ ਕੁਛ ਕੀਤਾ, ਤਾਂ ਤੁਹਾਨੂੰ ਇਹ ਅਨਾਊਂਸ ਹੁਣ ਰਿਜ਼ਲਟ ਕਰਦੇ। ਟੋਟਲ ਪੇਪਰ ਜਿਹੜੇ ਇਸ਼ੂ ਹੋਏ ਸੀ ਬੈਲਟ ਪੇਪਰ 2965, ਜਿਹਦੇ ਵਿੱਚੋਂ 13 ਪੇਪਰ ਸਪੋਇਲਟ ਹੋ ਗਏ ਸੀ ਸਟਾਫ ਤੋਂ, ਜਿੱਦਾਂ ਇਸ਼ੂ ਕਰ ਦਿੰਦੇ ਪਾਣ ਪੂਣ ਦੇ ਨਾਲ ਜਿੱਦਾਂ, ਇਹਦਾ ਮਤਲਬ ਵੋਟਰਾਂ ਨੂੰ 2952 ਵੋਟਾਂ ਜਿੱਦਾਂ ਪੇਪਰ ਅਸੀਂ ਇਸ਼ੂ ਕੀਤੇ। ਇਸ ਵੇਲੇ ਜਿਹੜਾ ਵੋਟਾਂ ਆ ਅਸੀਂ ਫਿਰ ਗਿਣੀਆਂ, ਪਹਿਲਾਂ ਤਾਂ ਜਿਹੜੇ ਸਪੋਇਲਟ ਵੋਟਾਂ ਆ ਉਹ 57, ਜਿਹੜਾ ਫਿਰ ਕਿਸ ਪਾਸੇ ਕੋਈ ਆਈਡੀਆ ਲੱਗਦਾ ਨਾ ਵੀ ਕਿਹਨੂੰ ਵੋਟ ਪਾਏ। 16 ਵੋਟਾਂ ਜਿਹੜੀਆਂ ਸਾਡੇ ਖਿਆਲ ਦੇ ਹਿਸਾਬ ਦੇ ਨਾਲ ਵੀ ਬਾਹਰ ਵੋਟਰ ਲੈ ਗਏ, ਪਿਛਲੀ ਵਾਰ ਵੀ ਇੱਦਾਂ ਹੀ ਲੱਗ ਗਿਆ ਸੀ, ਥੋੜ੍ਹੀਆਂ ਵੋਟਾਂ ਇੱਦਾਂ ਵੀ ਰੱਦ ਕਰ ਰਿਹਾ ਸੀ। ਬਾਕੀ ਇੱਦਾਂ ਹੈ ਵੀ ਜਿਹੜੀ ਬਾਕੀ ਦੀਆਂ ਵੋਟਾਂ ਆ 1570 ਵੋਟਾਂ ਨਿਸ਼ਾਨ ਗਰੁੱਪ ਨੂੰ, ਪਲੀਜ਼ ਆਪਾਂ, ਤਾਂ ਸੰਗਤ ਗਰੁੱਪ ਨੂੰ 1309 ਵੋਟਾਂ ਪਈਆਂ।
ਵੋਟਾਂ ਇਸ਼ੂ ਹੋਈਆਂ ਪੇਪਰ ਜਿਹਦੇ ਵਿੱਚੋਂ 13 ਤਾਂ ਸਾਡੇ ਆਪਣੇ ਸਟਾਫ ਤੋਂ ਹੀ ਮਿਸਟੇਕ ਹੋ ਗਈ ਸੀ। 2952 ਵੋਟਾਂ ਜਿੱਦਾਂ ਇਸ਼ੂ ਹੋਈਆਂ 2952। ਨਿਸ਼ਾਨ ਗਰੁੱਪ ਨੂੰ 1570 ਵੋਟ ਪਈ ਹੈ, ਸੰਗਤ ਗਰੁੱਪ ਨੂੰ 1309 ਵੋਟ ਪਈ ਹੈ। ਸਪੋਇਲਟ ਪੇਪਰ ਜਿਹੜੇ ਵੋਟਰਾਂ 'ਤੇ ਸਪੋਇਲਟ ਹੋਏ ਉਹ ਹੋਏ 57 ਵੋਟ ਪਈ, ਜਿਹੜੀ ਕਿਸ ਪਾਸੇ ਪਤਾ ਨਹੀਂ ਲੱਗਾ। ਤਾਂ 16 ਵੋਟਾਂ ਜਿਹੜੀਆਂ ਵੋਟਰਸ ਬਾਹਰ ਲੈ ਗਏ ਸੀ ਪੇਪਰ 'ਚ, ਤਾਂ ਮਜੋਰਟੀ 261 ਵੋਟਾਂ ਦੀ ਪਈ ਹੈ। ਤਾਂ ਮੈਂ ਆਪਣੇ ਵੱਲੋਂ ਇਲੈਕਸ਼ਨ ਬੋਰਡ ਵੱਲੋਂ ਇਹੋ ਹੀ ਤੁਹਾਨੂੰ ਬੇਨਤੀ ਕਰਦਾ ਹਾਂ ਵੀ ਠੀਕ ਆ, ਇਲੈਕਸ਼ਨ ਹੋ ਚੁੱਕੀ ਹੈ। ਇਲੈਕਸ਼ਨ ਸਾਡੇ ਕੋਨਸਟੀਟਿਊਸ਼ਨ ਦੇ ਹਿਸਾਬ ਦੇ ਨਾਲ ਜਿਹੜੀ ਇਲੈਕਸ਼ਨ ਹੋਈ ਆ ਹੁਣ, ਠੀਕ ਆ, ਅਬਜ਼ਰਵਰ ਵੀ ਇਸ ਚੀਜ਼ ਨੂੰ ਐਕਸੈਪਟ ਕਰਦੇ ਆ ਵੀ ਠੀਕ ਆ ਵੀ ਫੇਰ ਹੋਈ ਆ। ਅਸੀਂ ਵੀ ਹੋਪ ਕਰਦੇ ਹਾਂ ਵੀ ਐਵਰੀਵਨ ਐਕਸੈਪਟ ਕਰਦਾ ਵੀ ਫੇਰ ਹੋਈ ਆ। ਕੋਨਸਟੀਟਿਊਸ਼ਨ ਦੇ ਹਿਸਾਬ ਦੇ ਨਾਲ ਆ ਇਲੈਕਸ਼ਨ ਤੋਂ ਬਾਅਦ ਇਸ ਵੇਲੇ ਹੁਣ ਜਿਹੜੀ ਨਵੀਂ ਕਮੇਟੀ ਆ ਇਟ ਕਮਸ ਇਨ ਟੂ ਜਿੱਦਾਂ ਪਾਵਰ, ਪਰ ਸਾਡਾ ਜਿਹੜਾ ਸਿਸਟਮ ਇਹ ਆ ਵੀ ਅਗਲੇ ਐਤਵਾਰ ਨੂੰ, ਠੀਕ ਨਹੀਂ, ਜਿਹੜੀ ਇਸ ਵੇਲੇ ਕਮੇਟੀ ਆ ਉਹਨਾਂ ਦਾ ਫਰਜ਼ ਆ, ਅਸੀਂ ਕਹਾਂਗੇ ਵੀ ਆਪਣੇ ਵੱਲੋਂ ਵੀ ਉਹ ਆਪਣਾ ਪੇਪਰ ਵਰਕ ਰੈਡੀ ਕਰਕੇ ਤਾਂ ਉਹ ਚਾਬੀਆਂ ਤਾਂ ਪੇਪਰ ਵਰਕ ਨੈਕਸਟ ਵੀਕ ਜਿੱਦਾਂ ਉਹ ਹੈਂਡ ਓਵਰ ਕਰ ਲੈਣ, ਠੀਕ ਨਹੀਂ, ਅਮਨ ਸ਼ਾਂਤੀ ਨਾਲ। ਤਾਂ ਬਾਕੀ ਇੱਦਾਂ ਆ ਵੀ ਮੈਂ ਇਹੋ ਆਪਣੇ ਵੱਲੋਂ ਫਿਰ ਇਲੈਕਸ਼ਨ ਬੋਰਡ ਵੱਲੋਂ ਕਹਿੰਦਾ ਆ ਵੀ ਹੁਣ ਠੀਕ ਆ ਵੀ ਹੁਣ ਇਲੈਕਸ਼ਨ ਹੋ ਚੁੱਕੀ ਆ, ਕਾਊਂਟਿੰਗ ਹੋ ਗਈ ਆ, ਰਿਜ਼ਲਟ ਤੁਹਾਨੂੰ ਦੱਸ ਦਿੱਤਾ, ਹੁਣ ਸ਼ਾਂਤੀ ਦੇ ਨਾਲ ਆਪਾਂ ਫਿਰ ਹੁਣ ਘਰ ਨੂੰ ਸਾਨੂੰ ਸਾਰੇ Everybody stay where you are, be calm, collected. ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਅੱਜ ਇਲੈਕਸ਼ਨ ਹੋਈ ਆ, ਕਾਊਂਟਿੰਗ ਹੋਈ ਆ। ਪਹਿਲਾਂ ਤਾਂ ਸਾਡੀ ਇੱਦਾਂ ਆ ਵੀ ਸਾਡੀ ਸਾਰਿਆਂ ਨੂੰ ਇਹੋ ਹੀ ਆ ਵੀ ਵੀਰਾਂ ਨੂੰ ਭੈਣਾਂ ਨੂੰ ਇਹ ਹੋਈ ਆ ਬੇਨਤੀ ਕਿ ਸ਼ਾਂਤ ਹੋ ਕੇ ਸਾਨੂੰ ਹੁਣ ਰਿਜ਼ਲਟ ਅਸੀਂ ਅਨਾਊਂਸ ਕਰਨਾ। ਸ਼ਾਂਤ ਹੋ ਕੇ ਇਲੈਕਸ਼ਨ ਹੋ ਚੁੱਕੀ ਆ, ਆਪਾਂ ਹੁਣ ਇਲੈਕਸ਼ਨ ਦਾ ਰਿਜ਼ਲਟ ਤੁਹਾਨੂੰ ਅਨਾਊਂਸ ਕਰਨਾ, ਠੀਕ ਨਹੀਂ। ਆਪਾਂ ਇਹ ਕਮੇਟੀ ਜਿਹੜੀ ਵੀ ਕਮੇਟੀ ਨਾਲ ਆਇਆ ਜਿੱਦਾਂ ਕੋਆਪਰੇਸ਼ਨ, ਆਪਾਂ ਸਾਰੀ ਸੰਗਤ ਇੱਕ ਵਾ, ਔਰ ਸਾਡਾ ਫਰਜ਼ ਇਹ ਆ ਵੀ ਅਸੀਂ ਇਲੈਕਸ਼ਨ ਬੋਰਡ ਵੱਲੋਂ ਅਸੀਂ ਇੱਦਾਂ ਹੈ ਵੀ ਇੱਥੇ ਅਸੀਂ ਬਹੁਤ ਹੀ ਸ਼ੁਕਰਾਨਾ ਕਰਨਾ ਚਾਹੁੰਦੇ ਹਾਂ ਵੀ ਜਿਹੜੇ ਆਪਣੇ 6 ਅਬਜ਼ਰਵਰ ਆ ਸਵੇਰ ਤੋਂ ਲਾ ਕੇ ਸਾਡੇ ਨਾਲ ਇੱਥੇ ਦੇਖਦੇ ਰਹੇ ਆ, ਸਭ ਕੁਛ ਕੀਤਾ। ਤਾਂ ਤੁਹਾਨੂੰ ਇਹ ਅਨਾਊਂਸਮੈਂਟ ਰਿਜ਼ਲਟ ਕਰਦੇ ਹਾਂ। ਟੋਟਲ ਪੇਪਰ ਜਿਹੜੇ ਇਸ਼ੂ ਹੋਏ ਸੀ ਬੈਲਟ ਪੇਪਰ 2965, ਜਿਹਦੇ ਵਿੱਚੋਂ 13 ਪੇਪਰ ਸਪੋਇਲਟ ਹੋ ਗਏ ਸੀ ਸਟਾਫ ਤੋਂ, ਜਿੱਦਾਂ ਇਸ਼ੂ ਕਰਦੇ ਅਤੇ ਪਾਉਣ ਪੂਣ ਦੇ ਨਾਲ ਜਿੱਦਾਂ। ਇਹਦਾ ਮਾਤਰ ਵੋਟਰਾਂ ਨੂੰ 2952 ਵੋਟਾਂ ਜਿੱਦਾਂ ਪੇਪਰ ਅਸੀਂ ਇਸ਼ੂ ਕੀਤੇ। ਇਸ ਵੇਲੇ ਜਿਹੜਾ ਵੋਟਾਂ ਆ ਅਸੀਂ ਫਿਰ ਗਿਣੀਆਂ। ਪਹਿਲਾਂ ਤਾਂ ਜਿਹੜੇ ਸਪੋਇਲਟ ਵੋਟਾਂ ਆ ਉਹ 57, ਜਿਹੜਾ ਫਿਰ ਕਿਸ ਪਾਸੇ ਕੋਈ ਆਈਡੀਆ ਲੱਗਦਾ ਨਾ ਵੀ ਕਿਹਨੂੰ ਵੋਟ ਪਾਏ। 16 ਵੋਟਾਂ ਜਿਹੜੀਆਂ ਸਾਡੇ ਖਿਆਲ ਦੇ ਹਿਸਾਬ ਦੇ ਨਾਲ ਵੀ ਬਾਹਰ ਵੋਟਰ ਲੈ ਗਏ,
ਪਿਛਲੀ ਵਾਰ ਵੀ ਇੱਦਾਂ ਹੀ ਲੱਗ ਗਿਆ ਸੀ, ਥੋੜ੍ਹੀ ਜਿਹੀ ਵੋਟਾਂ ਇੱਦਾਂ ਵੀ ਪ੍ਰਾਪਤ ਕਰ ਰਿਹਾ ਹੈ। ਬਾਕੀ ਇੱਦਾਂ ਹੈ ਕਿ ਜਿਹੜੀ ਬਾਕੀ ਦੀਆਂ ਵੋਟਾਂ ਆ 1570 ਵੋਟਾਂ ਨਿਸ਼ਾਨ ਗਰੁੱਪ ਨੂੰ ਪਲੀਜ਼ ਆਪਾਂ ਤਾਂ ਸੰਗਤ ਗਰੁੱਪ ਨੂੰ 1309 ਵੋਟਾਂ ਪਈਆਂ। ਤੁਸੀਂ ਰਿਸਪੈਕਟ ਕਰੋ, ਤੁਸੀਂ ਠੀਕ ਆ, ਵੋਟ ਪਾਈ ਆ, ਤੁਸੀਂ ਆਪਣਾ ਜਿੱਦਾਂ ਵੀ ਫਰਜ਼ ਜੋ ਵੀ ਤੁਸੀਂ ਕੀਤਾ, ਤੁਸੀਂ ਮੈਂ ਰਿਜ਼ਲਟ ਚੱਲ ਤੁਹਾਨੂੰ ਫੇਰ ਇੱਕ ਵਾਰ ਦੱਸਦਾ, ਪਰ ਹੁਣ ਜਗਾਰਾ ਪਲੀਜ਼ ਛੱਡੋ ਨਾ, ਤੁਸੀਂ ਆਪਾਂ ਅਮਨ ਸ਼ਾਂਤੀ ਦੇ ਨਾਲ ਤੁਸੀਂ ਰਿਜ਼ਲਟ, ਤੁਹਾਨੂੰ ਰਿਜ਼ਲਟ 2965 ਵੋਟਾਂ ਇਸ਼ੂ ਹੋਈਆਂ ਜੀ ਪੇਪਰ, ਜਿਹਦੇ ਵਿੱਚੋਂ 13 ਤਾਂ ਸਾਡੇ ਆਪਣੇ ਸਟਾਫ ਤੋਂ ਹੀ ਮਿਸਟੇਕ ਹੋ ਗਈ ਸੀ, 2952 ਵੋਟਾਂ ਜਿੱਦਾਂ ਇਸ਼ੂ ਹੋਈਆਂ, 2952 ਨਿਸ਼ਾਨ ਗਰੁੱਪ ਨੂੰ 1570 ਵੋਟ ਪਈ ਆ, ਸੰਗਤ ਗਰੁੱਪ ਨੂੰ 1309 ਵੋਟ ਪਈ ਹੈ, ਸਪੋਇਲਟ ਪੇਪਰ ਜਿਹੜੇ ਵੋਟਰਾਂ 'ਤੇ ਸਪੋਇਲਟ ਹੋਏ ਉਹ ਹੋਏ 57 ਵੋਟ ਪਈ, ਜਿਹੜੀ ਕਿਸ ਪਾਸੇ ਪਤਾ ਨਹੀਂ ਲੱਗਾ, ਤਾਂ 16 ਵੋਟਾਂ ਜਿਹੜੀਆਂ ਵੋਟਰਸ ਬਾਹਰ ਲੈ ਗਏ ਸੀ ਪੇਪਰ 'ਚ, ਤਾਂ ਮਜੋਰਟੀ 261 ਵੋਟਾਂ ਦੀ ਪਈ ਹੈ। ਤਾਂ ਮੈਂ ਆਪਣੇ ਵੱਲੋਂ ਇਲੈਕਸ਼ਨ ਬੋਰਡ ਵੱਲੋਂ ਇਹੋ ਹੀ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਠੀਕ ਆ, ਇਲੈਕਸ਼ਨ ਹੋ ਚੁੱਕੀ ਹੈ, ਇਲੈਕਸ਼ਨ ਸਾਡੇ ਕੋਨਸਟੀਟਿਊਸ਼ਨ ਦੇ ਹਿਸਾਬ ਦੇ ਨਾਲ ਜਿਹੜੀ ਇਲੈਕਸ਼ਨ ਹੋਈ ਹੈ ਹੁਣ, ਠੀਕ ਆ, ਅਬਜ਼ਰਵਰ ਵੀ ਇਸ ਚੀਜ਼ ਨੂੰ ਐਕਸੈਪਟ ਕਰਦੇ ਆ ਵੀ ਠੀਕ ਆ, ਵੀ ਫੇਰ ਹੋਈ ਹੈ, ਅਸੀਂ ਵੀ ਹੋਪ ਕਰਦੇ ਹਾਂ ਵੀ ਐਵਰੀਵਨ ਐਕਸੈਪਟ ਕਰਦਾ ਵੀ ਫੇਰ ਹੋਈ ਹੈ, ਕੋਨਸਟੀਟਿਊਸ਼ਨ ਦੇ ਹਿਸਾਬ ਦੇ ਨਾਲ ਆ ਇਲੈਕਸ਼ਨ ਤੋਂ ਬਾਅਦ ਇਸ ਵੇਲੇ ਹੁਣ ਜਿਹੜੀ ਨਵੀਂ ਕਮੇਟੀ ਆ ਇਟ ਕਮਸ ਇਨ ਟੂ ਜਿੱਦਾਂ ਪਾਵਰ, ਪਰ ਸਾਡਾ ਜਿਹੜਾ ਸਿਸਟਮ ਇਹ ਆ ਵੀ ਅਗਲੇ ਐਤਵਾਰ ਨੂੰ, ਠੀਕ ਨਹੀਂ, ਜਿਹੜੀ ਇਸ ਵੇਲੇ ਕਮੇਟੀ ਆ ਉਹਨਾਂ ਦਾ ਫਰਜ਼ ਆ, ਅਸੀਂ ਕਹਾਂਗੇ ਵੀ ਆਪਣੇ ਵੱਲੋਂ ਅਤੇ ਉਹ ਆਪਣੇ ਪੇਪਰ ਵਰਕ ਰੈਡੀ ਕਰਕੇ ਤਾਂ ਉਹ ਚਾਬੀਆਂ ਤਾਂ ਪੇਪਰ ਵਰਕ ਨੈਕਸਟ ਵੀਕ ਜਿੱਦਾਂ ਉਹ ਹੈਂਡ ਓਵਰ ਕਰਦਾ, ਠੀਕ ਨਹੀਂ, ਅਮਨ ਸ਼ਾਂਤੀ ਨਾਲ। ਤਾਂ ਬਾਕੀ ਇੱਦਾਂ ਆ ਵੀ ਮੈਂ ਇਹੋ ਆਪਣੇ ਵੱਲੋਂ ਫਿਰ ਇਲੈਕਸ਼ਨ ਬੋਰਡ ਵੱਲੋਂ ਕਹਿੰਦਾ ਹਾਂ ਅਤੇ ਹੁਣ ਠੀਕ ਆ ਵੀ ਹੁਣ ਇਲੈਕਸ਼ਨ ਹੋ ਚੁੱਕੀ ਆ, ਕਾਊਂਟਿੰਗ ਹੋ ਗਈ ਆ, ਰਿਜ਼ਲਟ ਤੁਹਾਨੂੰ ਦੱਸ ਦਿੱਤਾ, ਹੁਣ ਸ਼ਾਂਤੀ ਦੇ ਨਾਲ ਆਪਾਂ ਫਿਰ ਹੁਣ ਘਰ ਨੂੰ ਸਾਨੂੰ ਸਾਰੇ Everybody stay where you are, be calm, collected. ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਅੱਜ ਇਲੈਕਸ਼ਨ ਹੋਈ ਆ, ਕਾਊਂਟਿੰਗ ਹੋਈ ਆ, ਪਹਿਲਾਂ ਤਾਂ ਸਾਡੀ ਇੱਦਾਂ ਹੈ ਵੀ ਸਾਡੀ ਸਾਰਿਆਂ ਨੂੰ ਇਹ ਹੋਈ ਆ ਵੀ ਵੀਰਾਂ ਨੂੰ ਭੈਣਾਂ ਨੂੰ ਇਹ ਹੋਈ ਆ ਬੇਨਤੀ ਕਿ ਸ਼ਾਂਤ ਹੋ ਕੇ, ਤੁਹਾਨੂੰ ਹੁਣ ਰਿਜ਼ਲਟ ਅਸੀਂ ਅਨਾਊਂਸ ਕਰਨਾ, ਸ਼ਾਂਤ ਹੋ ਕੇ, ਇਲੈਕਸ਼ਨ ਹੋ ਚੁੱਕੀ ਆ, ਆਪਾਂ ਹੁਣ ਇਲੈਕਸ਼ਨ ਦਾ ਰਿਜ਼ਲਟ ਤੁਹਾਨੂੰ ਅਨਾਊਂਸ ਕਰਨਾ, ਠੀਕ ਨਹੀਂ, ਆਪਾਂ ਇਹ ਕਮੇਟੀ ਜਿਹੜੀ ਵੀ ਕਮੇਟੀ ਨਾਲ ਆਇਆ ਜਿੱਦਾਂ ਕੋਆਪਰੇਸ਼ਨ, ਆਪਾਂ ਸਾਰੀ ਸੰਗਤ ਇੱਕ ਵਾ, ਔਰ ਸਾਡਾ ਫਰਜ਼ ਇਹ ਆ ਵੀ ਅਸੀਂ ਇਲੈਕਸ਼ਨ ਬੋਰਡ ਵੱਲੋਂ ਅਸੀਂ ਇੱਦਾਂ ਹੈ ਵੀ ਇੱਥੇ ਅਸੀਂ ਬਹੁਤ ਹੀ ਸ਼ੁਕਰਾਨਾ ਕਰਨਾ ਚਾਹੁੰਦੇ ਹਾਂ ਵੀ ਜਿਹੜੇ ਆਪਣੇ 6 ਅਬਜ਼ਰਵਰ ਆ
ਸਵੇਰ ਤੋਂ ਲਾ ਕੇ ਸਾਡੇ ਨਾਲ ਇੱਥੇ ਦੇਖਦੇ ਰਹੇ ਆ, ਸਭ ਕੁਛ ਕੀਤਾ, ਤਾਂ ਤੁਹਾਨੂੰ ਇਹ ਅਨਾਊਂਸਮੈਂਟ ਰਿਜ਼ਲਟ ਕਰਦੇ। ਟੋਟਲ ਪੇਪਰ ਜਿਹੜੇ ਇਸ਼ੂ ਹੋਏ ਸੀ ਬੈਲਟ ਪੇਪਰ 2965, ਜਿਹਦੇ ਵਿੱਚੋਂ 13 ਪੇਪਰ ਸਪੋਇਲਟ ਹੋ ਗਏ ਸੀ ਸਟਾਫ ਤੋਂ, ਜਿੱਦਾਂ ਇਸ਼ੂ ਕਰਦੇ ਅਤੇ ਪਾਉਣ ਪੂਣ ਦੇ ਨਾਲ। ਜਿੱਦਾਂ ਇਹਦਾ ਮਤਲਬ ਵੋਟਰਾਂ ਨੂੰ 2952 ਵੋਟਾਂ ਜਿੱਦਾਂ ਪੇਪਰ ਅਸੀਂ ਇਸ਼ੂ ਕੀਤੇ। ਇਸ ਵੇਲੇ ਜਿਹੜਾ ਵੋਟਾਂ ਆ ਅਸੀਂ ਫਿਰ ਗਿਣੀਆਂ, ਪਹਿਲਾਂ ਤਾਂ ਜਿਹੜੇ ਸਪੋਇਲਟ ਵੋਟਾਂ ਆ ਉਹ 57, ਜਿਹਦਾ ਫਿਰ ਕਿਸ ਪਾਸੇ ਕੋਈ ਆਈਡੀਆ ਲੱਗਦਾ ਨਾ ਸੀ ਕਿਹਨੂੰ ਵੋਟ ਪਾਏ। 16 ਵੋਟਾਂ ਜਿਹੜੀਆਂ ਸਾਡੇ ਖਿਆਲ ਦੇ ਹਿਸਾਬ ਦੇ ਨਾਲ ਪੇ ਬਾਹਰ ਵੋਟਰ ਲੈ ਗਏ, ਪਿਛਲੀ ਵਾਰ ਵੀ ਇੱਦਾਂ ਹੀ ਲੱਗ ਗਿਆ ਸੀ, ਥੋੜ੍ਹੀਆਂ ਵੋਟਾਂ ਇੱਦਾਂ ਵੀ ਬੰਦ ਕਰ ਰਿਹਾ। ਹਾਂਜੀ, ਬਾਕੀ ਇੱਦਾਂ ਹੈ ਫਿਰ ਜਿਹੜੀ ਬਾਕੀ ਦੀਆਂ ਵੋਟਾਂ ਆ 1570 ਵੋਟਾਂ ਨਿਸ਼ਾਨ ਗਰੁੱਪ ਨੂੰ। ਪਲੀਜ਼ ਆਪਾਂ ਤਾਂ ਸੰਗਤ ਗਰੁੱਪ ਨੂੰ 1309 ਵੋਟਾਂ ਪਈਆਂ। ਗੁਰੂ ਘਰ ਦੀ ਤੁਸੀਂ ਰਿਸਪੈਕਟ ਕਰੋ, ਤੁਸੀਂ ਠੀਕ ਆ, ਵੋਟ ਪਾਈ ਆ ਤੁਸੀਂ ਆਪਣਾ ਜਿੱਦਾਂ ਵੀ ਫਰਜ਼ ਜੋ ਤੁਸੀਂ ਕੀਤਾ, ਤੁਸੀਂ ਮੈਂ ਰਿਜ਼ਲਟ ਚੱਲ ਤੁਹਾਨੂੰ ਫੇਰ ਇੱਕ ਵਾਰ ਦੱਸ, ਪਰ ਹੁਣ ਜਗਾਰਾ ਪਲੀਜ਼ ਛੱਡੋ ਨਾ, ਤੁਸੀਂ ਆਪਾਂ ਅਮਨ ਸ਼ਾਂਤੀ ਦੇ ਨਾਲ, ਅਮਨ ਸ਼ਾਂਤੀ ਦੇ ਨਾਲ ਤੁਸੀਂ ਰਿਜ਼ਲਟ, ਤੁਹਾਨੂੰ ਰਿਜ਼ਲਟ 2965 ਵੋਟਾਂ ਇਸ਼ੂ ਹੋਈਆਂ ਜੀ ਪੇਪਰ, ਜਿਹਦੇ ਵਿੱਚੋਂ 13 ਤਾਂ ਸਾਡੇ ਆਪਣੇ ਸਟਾਫ ਤੋਂ ਹੀ ਮਿਸਟੇਕ ਹੋ ਗਈ ਸੀ। 2952 ਵੋਟਾਂ ਜਿੱਦਾਂ ਇਸ਼ੂ ਹੋਈਆਂ, 2952 ਨਿਸ਼ਾਨ ਗਰੁੱਪ ਨੂੰ 1570 ਵੋਟ ਪਈ ਆ, ਸੰਗਤ ਗਰੁੱਪ ਨੂੰ 1309 ਵੋਟ ਪਈ ਹੈ, ਸਪੋਇਲਟ ਪੇਪਰ ਜਿਹੜੇ ਵੋਟਰਾਂ 'ਤੇ ਸਪੋਇਲਟ ਹੋਏ ਉਹ ਹੋਏ 57 ਵੋਟ ਪਏ, ਜਿਹੜੀ ਕਿਸ ਪਾਸੇ ਪਤਾ ਨਹੀਂ ਲੱਗਾ, ਤਾਂ 16 ਵੋਟਾਂ ਜਿਹੜੀਆਂ ਵੋਟਰਸ ਬਾਹਰ ਲੈ ਗਏ ਸੀ ਪੇਪਰ 'ਚ, ਤਾਂ ਮਜੋਰਟੀ 261 ਵੋਟਾਂ ਦੀ ਪਈ ਹੈ। ਤਾਂ ਮੈਂ ਆਪਣੇ ਵੱਲੋਂ ਇਲੈਕਸ਼ਨ ਬੋਰਡ ਵੱਲੋਂ ਇਹੋ ਹੀ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਠੀਕ ਆ, ਇਲੈਕਸ਼ਨ ਹੋ ਚੁੱਕੀ ਹੈ, ਇਲੈਕਸ਼ਨ ਸਾਡੇ ਕੋਨਸਟੀਟਿਊਸ਼ਨ ਦੇ ਹਿਸਾਬ ਦੇ ਨਾਲ ਜਿਹੜੀ ਇਲੈਕਸ਼ਨ ਹੋਈ ਹੈ ਹੁਣ, ਠੀਕ ਆ, ਅਬਜ਼ਰਵਰ ਵੀ ਇਸ ਚੀਜ਼ ਨੂੰ ਐਕਸੈਪਟ ਕਰਦੇ ਆ ਵੀ ਠੀਕ ਆ, ਵੀ ਫੇਰ ਹੋਈ ਆ, ਅਸੀਂ ਵੀ ਹੋਪ ਕਰਦੇ ਹਾਂ ਵੀ ਐਵਰੀਵਨ ਐਕਸੈਪਟ ਕਰਦਾ ਵੀ ਫੇਰ ਹੋਈ ਆ। ਕੋਨਸਟੀਟਿਊਸ਼ਨ ਦੇ ਹਿਸਾਬ ਦੇ ਨਾਲ ਆ ਇਲੈਕਸ਼ਨ ਤੋਂ ਬਾਅਦ ਇਸ ਵੇਲੇ ਹੁਣ ਜਿਹੜੀ ਨਵੀਂ ਕਮੇਟੀ ਆ ਇਟ ਕਮਸ ਇਨ ਟੂ ਜਿੱਦਾਂ ਪਾਵਰ, ਪਰ ਸਾਡਾ ਜਿਹੜਾ ਸਿਸਟਮ ਇਹ ਆ ਵੀ ਅਗਲੇ ਐਤਵਾਰ ਨੂੰ, ਠੀਕ ਨਹੀਂ, ਜਿਹੜੀ ਇਸ ਵੇਲੇ ਕਮੇਟੀ ਆ ਉਹਨਾਂ ਦਾ ਫਰਜ਼ ਆ, ਅਸੀਂ ਕਹਾਂਗੇ ਵੀ ਆਪਣੇ ਵੱਲੋਂ ਵੀ ਉਹ ਆਪਣੇ ਪੇਪਰ ਵਰਕ ਰੈਡੀ ਕਰਕੇ ਤਾਂ ਉਹ ਚਾਬੀਆਂ ਤਾਂ ਪੇਪਰ ਵਰਕ ਨੈਕਸਟ ਵੀਕ ਜਿੱਦਾਂ ਉਹ ਹੈਂਡ ਓਵਰ ਕਰ ਲੈਣ, ਠੀਕ ਨਹੀਂ, ਅਮਨ ਸ਼ਾਂਤੀ ਨਾਲ। ਤਾਂ ਬਾਕੀ ਇੱਦਾਂ ਆ ਵੀ ਮੈਂ ਇਹੋ ਆਪਣੇ ਵੱਲੋਂ ਫਿਰ ਇਲੈਕਸ਼ਨ ਬੋਰਡ ਵੱਲੋਂ ਕਹਿੰਦਾ ਆ ਵੀ ਹੁਣ ਠੀਕ ਆ, ਵੀ ਹੁਣ ਇਲੈਕਸ਼ਨ ਹੋ ਚੁੱਕੀ ਆ, ਕਾਊਂਟਿੰਗ ਹੋ ਗਈ ਆ, ਰਿਜ਼ਲਟ ਤੁਹਾਨੂੰ ਦੱਸ ਦਿੱਤਾ, ਹੁਣ ਸ਼ਾਂਤੀ ਦੇ ਨਾਲ ਆਪਾਂ ਫਿਰ ਹੁਣ ਘਰ ਨੂੰ ਸਾਨੂੰ ਸਾਰੇ Everybody stay where you are, be calm, collected. ਬੀਬੀਆਂ ਨੂੰ ਵਾਹਿਗੁਰੂ ਔਰ ਛੇ ਤੋਂ ਪਟਨਾ ਦੇ ਸੋਚਦਾ।
ਵਾਹਿਗੁਰੂ ਜੀ ਕੀ ਫਤਿਹ। ਅੱਜ ਇਲੈਕਸ਼ਨ ਹੋਈ ਹੈ, ਕਾਊਂਟਿੰਗ ਹੋਈ ਹੈ। ਪਹਿਲਾਂ ਤਾਂ ਸਾਡੀ ਇੱਦਾਂ ਹੈ ਵੀ ਸਾਡੀ ਸਾਰਿਆਂ ਨੂੰ ਇਹ ਹੋਈ ਹੈ ਵੀ ਵੀਰਾਂ ਨੂੰ ਭੈਣਾਂ ਨੂੰ ਇਹ ਹੋਈ ਹੈ ਬੇਨਤੀ ਕਿ ਸ਼ਾਂਤ ਹੋ ਕੇ, ਮਨ ਹੁਣ ਰਿਜ਼ਲਟ ਅਸੀਂ ਅਨਾਊਂਸ ਕਰਨਾ, ਸ਼ਾਂਤ ਹੋ ਕੇ ਇਲੈਕਸ਼ਨ ਹੋ ਚੁੱਕੀ ਆ, ਆਪਾਂ ਹੁਣ ਇਲੈਕਸ਼ਨ ਦਾ ਰਿਜ਼ਲਟ ਤੁਹਾਨੂੰ ਅਨਾਊਂਸ ਕਰਨਾ, ਠੀਕ ਨਹੀਂ। ਆਪਾਂ ਇਹ ਕਮੇਟੀ ਜਿਹੜੀ ਵੀ ਕਮੇਟੀ ਨਾਲ ਆਇਆ, ਜਿੱਦਾਂ ਕੋਆਪਰੇਸ਼ਨ, ਆਪਾਂ ਸਾਰੀ ਸੰਗਤ ਇੱਕ ਵਾ, ਔਰ ਸਾਡਾ ਫਰਜ਼ ਇਹ ਆ ਵੀ ਅਸੀਂ ਇਲੈਕਸ਼ਨ ਬੋਰਡ ਵੱਲੋਂ ਅਸੀਂ ਇੱਦਾਂ ਹੈ ਵੀ ਇੱਥੇ ਅਸੀਂ ਬਹੁਤ ਹੀ ਸ਼ੁਕਰਾਨਾ ਕਰਨਾ ਚਾਹੁੰਦੇ ਹਾਂ ਵੀ ਜਿਹੜੇ ਆਪਣੇ 6 ਅਬਜ਼ਰਵਰ ਆ ਸਵੇਰ ਤੋਂ ਲਾ ਕੇ ਸਾਡੇ ਨਾਲ ਇੱਥੇ ਦੇਖਦੇ ਰਹੇ ਆ, ਸਭ ਕੁਛ ਕੀਤਾ, ਤਾਂ ਤੁਹਾਨੂੰ ਇਹ ਅਨਾਊਂਸਮੈਂਟ ਰਿਜ਼ਲਟ ਕਰਦੇ। ਟੋਟਲ ਪੇਪਰ ਜਿਹੜੇ ਇਸ਼ੂ ਹੋਏ ਸੀ, ਬੈਲਟ ਪੇਪਰ 2965, ਜਿਹਦੇ ਵਿੱਚੋਂ 13 ਪੇਪਰ ਸਪੋਇਲਟ ਹੋ ਗਏ ਸੀ ਸਟਾਫ ਤੋਂ, ਜਿੱਦਾਂ ਇਸ਼ੂ ਕਰਦੇ ਅਤੇ ਪਾਉਣ ਪੂਣ ਦੇ ਨਾਲ। ਜਿੱਦਾਂ ਇਹਦਾ ਮਤਲਬ ਵੋਟਰਾਂ ਨੂੰ 2952 ਵੋਟਾਂ ਜਿੱਦਾਂ ਪੇਪਰ ਅਸੀਂ ਇਸ਼ੂ ਕੀਤੇ। ਇਸ ਵੇਲੇ ਜਿਹੜਾ ਵੋਟਾਂ ਆ ਅਸੀਂ ਫਿਰ ਗਿਣੀਆਂ, ਪਹਿਲਾਂ ਤਾਂ ਜਿਹੜੇ ਸਪੋਇਲਟ ਵੋਟਾਂ ਆ ਉਹ 57, ਜਿਹੜਾ ਫਿਰ ਕਿਸ ਪਾਸੇ ਕੋਈ ਆਈਡੀਆ ਲੱਗਦਾ ਨਾ ਸੀ ਕਿਹਨੂੰ ਵੋਟ ਪਾਏ। 16 ਵੋਟਾਂ ਜਿਹੜੀਆਂ ਸਾਡੇ ਖਿਆਲ ਦੇ ਹਿਸਾਬ ਦੇ ਨਾਲ ਪਏ ਬਾਹਰ ਵੋਟਰ ਲੈ ਗਏ, ਪਿਛਲੀ ਵਾਰ ਵੀ ਇੱਦਾਂ ਹੀ ਲੱਗ ਗਿਆ ਸੀ, ਥੋੜ੍ਹੀ ਜਿਹੀ ਵੋਟਾਂ ਇੱਦਾਂ ਵੀ ਰੱਦ ਕਰ ਰਿਹਾ ਸੀ, ਹੈ ਨਾ। ਬਾਕੀ ਇੱਦਾਂ ਹੈ ਫਿਰ ਜਿਹੜੀ ਬਾਕੀ ਦੀਆਂ ਵੋਟਾਂ ਆ 1570 ਵੋਟਾਂ ਨਿਸ਼ਾਨ ਗਰੁੱਪ ਨੂੰ, ਪਲੀਜ਼ ਆਪਾਂ ਤਾਂ ਸੰਗਤ ਗਰੁੱਪ ਨੂੰ 1309 ਵੋਟਾਂ ਪਈਆਂ। ਆਪਾਂ ਗੁਰੂ ਘਰ ਦੇ ਵਿੱਚ ਆਪਾਂ ਗੁਰੂ ਘਰ ਖੜੇ ਆ, ਗੁਰੂ ਘਰ ਦੀ ਤੁਸੀਂ ਇੱਥੇ ਤੁਸੀਂ ਰਿਸਪੈਕਟ ਕਰੋ, ਤੁਸੀਂ ਠੀਕ ਆ, ਵੋਟ ਪਾਈ ਆ ਤੁਸੀਂ ਆਪਣਾ ਜਿੱਦਾਂ ਵੀ ਫਰਜ਼ ਚੋਦ ਵੀ ਤੁਸੀਂ ਕੀਤਾ, ਤੁਸੀਂ ਇਹ ਆ ਮੈਂ ਰਿਜ਼ਲਟ ਚੱਲ ਤੁਹਾਨੂੰ ਫੇਰ ਇੱਕ ਵਾਰ ਦੱਸਦਾ, ਪਰ ਤੁਹਾਨੂੰ ਜਗਾਰਾ ਪਲੀਜ਼ ਛੱਡੋ ਨਾ, ਤੁਸੀਂ ਆਪਾਂ ਅਮਨ ਸ਼ਾਂਤੀ ਦੇ ਨਾਲ, ਅਮਨ ਸ਼ਾਂਤੀ ਦੇ ਨਾਲ ਤੁਸੀਂ ਰਿਜ਼ਲਟ, ਤੁਹਾਨੂੰ ਰਿਜ਼ਲਟ 2965 ਵੋਟਾਂ ਇਸ਼ੂ ਹੋਈਆਂ ਜੀ ਪੇਪਰ, ਜਿਹਦੇ ਵਿੱਚੋਂ 13 ਤਾਂ ਸਾਡੇ ਆਪਣੇ ਸਟਾਫ ਤੋਂ ਹੀ ਮਿਸਟੇਕ ਹੋ ਗਈ ਸੀ।